पटियाला पुलिस ने एक निवेकला उपराला कर दिया। इतने पुलिस लाइन विखे एक साहित्यक समागम करवाया। इस मौके उगे लेखक निंदर कुग्यानवी दी अणजमी पुस्तक इंग्लैंड फेरी ते आधारित सफरनामा देखी तेरी वलैत पंजाब स्कूल सिक्ख्या बोर्ड के चेयरमैन डॉक्टर योगराज और SSP पटियाला विक्रमजीत दुग्गल और हड्डियों के रोगों के माहर डॉक्टर हरदीप सिंह मान ने सांझे तौर पर जारी की। इस मौके SSP विक्रमजीत दुग्गल ने पुलिस लाइन विखे समागम नूं रचाउण दा मंतव दसदिया कहा कि पुलिस वालियां दी भाई दौड़ भरी जिंदगी नूं साहित नाल जोड़न दा उपराला कीता गया। इस मौके विशेष मेहमान वजो पूजे पंजाब स्कूल सिक्ख्या बोर्ड के चेयरमैन डॉक्टर योगराज ने निंदर कुग्यानवी दी एक प्रतिबद्ध लेखक करार दिंदिया कहा कि उसकी साहित सोझी कमाल दी है, जो कि इन्नी थोड़ी उम्र विच 49 किताबां दा लेखक होना किसे किसे दे हिस्से आउंदा है। देखी तेरी वलायत, मैं वलायत का सफरनामा दो बार जदों वलायत गया 2005 ते 2010 ऑटोमाट पटियाला ने प्रकाशित किया सी, और नवेकली पहल तहत पटियाला दी पुलिस ने एक साहित्यक समागम करके पुलिस लाइन दे विच श्री SSP पटियाला दे श्री विक्रमजीत दुग्गल IPS और उन्होंने नाल डॉक्टर योगराज जी चेयरमैन पंजाब स्कूल सिक्ख्या बोर्ड ते डॉक्टर हरदीप मान समेत उगियां हस्तियां शामिल हुई, और एक लेखक का उहदी कलम का सत्कार करना उहदा माण करना बहुत घट लोगों के हिस्से आउंदा। और पटियाला दी जिहड़ी पुलिस हैगी है उसने पहलकदमी करके और किताब रिलीज़ करन दा जिहड़ा है उपराला कीता, मैनूं माण महसूस होया। खास करके अज जदों असीं चकाचौंध विच हाँ, अफड़ा तफड़ी विच हाँ, ਤਾਂ ਪੰਜਾਬੀ ਲੋਕ ਜਿਹੜੇ ਨੇ ਕਿਤਾਬਾਂ ਤੋਂ ਬੇਮੁੱਖ ਹੁੰਦੇ ਜਾ ਰਹੇ ਆ। ਇੱਕ ਉਪਰਾਲਾ ਹੈ ਲੋਕਾਂ ਨੂੰ ਕਿਤਾਬਾਂ ਤੱਕ ਪੁੱਜਦੇ ਕਰਨ ਦਾ, ਔਰ ਜਿਹੜੀ ਨਵੀਂ ਪੀੜ੍ਹੀ ਹੈ ਉਹਨੂੰ ਕਿਤਾਬਾਂ ਦੇ ਨਾਲ ਜੋੜਨ ਦਾ ਜਿਹੜਾ ਗੈਪ ਹੈ ਸਾਡੇ ਵਿੱਚ ਉਹ ਪੈ ਗਿਆ ਹੈ, ਕਿਉਂਕਿ ਸ਼ਬਦਾਂ ਦੇ ਨਾਲ ਹੀ ਸੰਸਾਰ ਵਸਦਾ ਹੈ, ਅਤੇ ਜਦੋਂ ਅਸੀਂ ਸ਼ਬਦ ਤੋਂ ਬੇਮੁੱਖ ਹੋ ਜਾਂਦੇ ਹਾਂ, ਸ਼ਬਦ ਤੋਂ ਉਰੇ ਪਰੇ ਹੋ ਜਾਂਦੇ ਹਾਂ, ਤਾਂ ਉਹਦੀ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਨੀਰ ਸੌਣ ਲੱਗਦੀ ਹੈ, ਅਤੇ ਕਿਤਾਬਾਂ ਦੇ ਨਾਲ ਜੁੜਨਾ ਅੱਜ ਸਮੇਂ ਦੀ ਅਹਿਮ ਲੋੜ ਹੈ। ਸੋ ਪਟਿਆਲਾ ਪੁਲਿਸ ਦਾ ਅਤੇ SSP ਸਾਹਿਬ ਸਮੇਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਸਿਰਫ ਸਫਰਨਾਮਾ ਨਹੀਂ ਸਗੋਂ ਪੰਜਾਬੀ ਦੀਆਂ ਵੱਖ ਵੱਖ ਵਿਧਾਵਾਂ ਦੇ ਵਿੱਚ ਆਪਣੀ ਰਚਨਾ ਕੀਤੀ ਹੈ, ਇੱਕ ਜੀਵਨੀਕਾਰ ਦੇ ਤੌਰ 'ਤੇ, ਇੱਕ ਵਾਰਤਕ ਲਿਖਾਰੀ ਦੇ ਤੌਰ 'ਤੇ, ਇੱਕ ਕਾਲਮ ਨਵੀਸ ਦੇ ਤੌਰ 'ਤੇ, ਇੱਕ ਪੱਤਰਕਾਰ ਦੇ ਤੌਰ 'ਤੇ, ਇਸ ਤੋਂ ਇਲਾਵਾ ਇੱਕ ਗਾਇਕ ਅਤੇ ਸਜਿੰਦੇ ਦੇ ਤੌਰ 'ਤੇ ਵੀ ਪੰਜਾਬੀ ਲੋਕਾਂ ਦੇ ਸਨਮੁੱਖ ਪੇਸ਼ ਹੋਏ ਹਨ। ਔਰ ਉਹਨਾਂ ਦੀ ਜਿਹੜੀ 49ਵੀਂ ਕਿਤਾਬ ਮੇਰੀ ਦੇਖੀ ਤੇਰੀ ਵਲੈਤ, ਇਹ ਇਹਨਾਂ ਦੀ ਆਈ ਹੈ, ਇਸ ਉੱਪਰ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ। ਔਰ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਨੂੰ ਪੰਜਾਬ ਪੁਲਿਸ ਵੱਲੋਂ ਔਰ ਪਟਿਆਲਾ ਪੁਲਿਸ ਵੱਲੋਂ ਇਸ ਦੇ ਰਹਿਨੁਮਾ ਸ਼੍ਰੀ ਵਿਕਰਮਜੀਤ ਦੁੱਗਲ ਵੱਲੋਂ ਇਹ ਜਿਹੜਾ ਪ੍ਰੋਗਰਾਮ ਰਚਾ ਕੇ ਇਸ ਨੂੰ ਲੋਕਾਂ ਦੇ ਸਮਰਪਿਤ ਕੀਤਾ ਗਿਆ, ਇਹ ਬਹੁਤ ਅੱਛੀ ਗੱਲ ਹੈ। ਮੈਨੂੰ ਲੱਗਦਾ ਕਿ ਇਹਨਾਂ ਹਿੱਸਿਆਂ ਤੱਕ ਲਿਟਰੇਚਰ ਔਰ ਕਲਾ ਦਾ ਪਹੁੰਚਣਾ ਬਹੁਤ ਜ਼ਰੂਰੀ ਹੈ, ਔਰ ਕਿਉਂਕਿ ਸ਼੍ਰੀ ਦੁੱਗਲ ਆਪ ਇੱਕ ਬਹੁਤ ਜ਼ਿਆਦਾ ਕਲਾ ਪ੍ਰੇਮੀ ਦੇ ਤੌਰ 'ਤੇ, ਇੱਕ ਸਕਾਲਰ ਦੇ ਤੌਰ 'ਤੇ ਜਾਣੇ ਜਾਂਦੇ ਹਨ ਸਾਰੇ ਆਪਣੇ ਦੋਸਤਾਂ ਮਿੱਤਰਾਂ ਦੇ ਹਲਕਿਆਂ ਦੇ ਵਿੱਚ, ਅਤੇ ਇਸ ਲਈ ਇਹ ਬੜੀ ਚੰਗੀ ਕੋਸ਼ਿਸ਼ ਹੈ। ਇਸ ਲਈ ਮੈਂ ਸ਼੍ਰੀ ਵਿਕਰਮਜੀਤ ਦੁੱਗਲ ਹੋਰਾਂ ਨੂੰ ਨਿੱਜੀ ਤੌਰ 'ਤੇ ਅਤੇ ਪਟਿਆਲਾ ਪੁਲਿਸ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੰਦਾ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਪਟਿਆਲਾ ਪੁਲਿਸ ਲਾਈਨ ਦੇ ਵਿੱਚ ਪੰਜਾਬ ਦੇ ਉੱਘੇ ਲੇਖਕ ਸ਼੍ਰੀ ਨਿੰਦਰ ਕੁਗਿਆਨਵੀ ਜੀ ਵੱਲੋਂ ਰਚੀ ਗਈ ਨਵੀਂ ਉਹਨਾਂ ਦੀ ਕਿਤਾਬ ਦੇਖੀ ਤੇਰੀ ਵਲੈਤ, ਜੋ ਕਿ ਇੱਕ ਸਫ਼ਰਨਾਮੇ ਦੇ ਰੂਪ ਦੇ ਵਿੱਚ ਲਿਖੀ ਹੋਈ ਹੈ, ਇਹ ਰਿਲੀਜ਼ ਹੋਈ ਹੈ। ਪਟਿਆਲਾ ਪੁਲਿਸ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਵਧਾਈ। ਇਸ ਪ੍ਰੋਗਰਾਮ ਦੇ ਵਿੱਚ ਪ੍ਰੋਫੈਸਰ ਯੋਗਰਾਜ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਨਾਲ ਹੋਰ ਉੱਘੇ ਪਤਵੰਤੇ ਵੀ ਸ਼ਾਮਿਲ ਹੋਏ। ਪਟਿਆਲਾ ਪੁਲਿਸ ਵੱਲੋਂ ਇੱਕ ਵਾਰ ਫਿਰ ਤੋਂ ਸ਼੍ਰੀ ਨਿੰਦਰ ਕੁਗਿਆਨਵੀ ਜੀ ਨੂੰ ਉਹਨਾਂ ਦੀ ਨਵੀਂ ਰਚਨਾ ਉੱਪਰ ਬਹੁਤ ਬਹੁਤ ਸ਼ੁਭਕਾਮਨਾਵਾਂ। ਜੈ ਹਿੰਦ।